ਸ਼੍ਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਲਗਾਤਾਰ ਇੰਨੇ ਦਿਨ ਬੈਂਕਾਂ ਚੋਂ ਹੋਇਆ ਛੁੱਟੀਆਂ ਦਾ ਐਲਾਨ ਪੂਰੀ ਲਿਸਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਨਵੇੜ ਲਵੋ ਕੰਮ ਕਾਜ ਵੀਡੀਓ ਦੇਖ ਲਓ ਅੰਤ ਤੱਕ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਨਵੇਂ ਵਿੱਤੀ ਬਾਰੇ 2022-23 ਦੇ ਦੂਸਰੇ ਮਹੀਨੇ ਮਈ ਦੇ ਵਿੱਚ ਪ੍ਰਾਈਵੇਟ ਦੇ ਸਰਕਾਰੀ ਬੈਂਕ ਕੁੱਲ 9 ਦਿਨ ਦੇ ਲਈ ਬੰਦ ਰਹਿਣਗੇ 5 ਦਿਨ ਵੱਖ-ਵੱਖ ਬੈਂਕ ਹੌਲੀਡੇਜ਼ ਦੀ ਵਜ੍ਹਾ ਨਾਲ ਬੰਦ ਰਹਿਣਗੇ ਛੁੱਟੀਆਂ ਤੋਂ ਇਲਾਵਾ ਬੈਂਕ ਹਰ ਮਹੀਨੇ ਦੇ ਦੂਸਰੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਨੇ ਜੇਕਰ ਅਸੀਂ ਸ਼ਨੀਚਰ ਅਤੇ ਐਤਵਾਰ ਨੂੰ ਜੋੜ ਲਈਏ ਤਾਂ ਮਈ ਦੇ ਵਿੱਚ ਕੁੱਲ ਬੈਂਕ 9 ਦਿਨ ਬੰਦ ਰਹਿਣਗੇ ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ ਮਈ 2021 ਦੇ ਵਿੱਚ ਬੈਂਕ ਦੀਆਂ ਛੁੱਟੀਆਂ 'ਚ ਵੱਖ-ਵੱਖ ਤਿਹਾਰ ਸ਼ਾਮਲ ਕੀਤੇ ਗਏ ਹਨ ਜਿਵੇਂ ਕਿ ਮਹਾਰਾਸ਼ਟਰ ਦਿਵਸ ਰਮਜ਼ਾਨ ਬੁੱਧ ਪੂਰਨਮਾ ਆਦ ਦੱਸ ਦਈਏ ਕਿ ਦੇਸ਼ ਦੇ ਵਿੱਚ ਕੋਵਿਡ-19 ਦੀ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਕਾਰਨ ਬੈਂਕਾਂ 'ਚੋਂ ਕੰਮਕਾਜ ਦਾ ਤਰੀਕਾ ਬਦਲ ਗਿਆ ਹੈ ਕਰੋਨਾ ਜ਼ੋਨ 'ਚ ਸਥਿਤ ਬੈਂਕਾਂ ਦੇ ਮੁਲਾਜ਼ਮਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਦੇ ਲਈ ਸਹੂਲਤਾਂ ਨੂੰ ਸੀਮਤ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਕਈ ਸੂਬਿਆਂ ਚ ਬੈਂਕ ਦੇ ਕੰਮਕਾਜ ਦੇ ਘੰਟਿਆਂ ਨੂੰ ਘਟਾ ਕੇ 4 ਘੰਟੇ ਕਰ ਦਿੱਤਾ ਗਿਆ ਉੱਤਰ ਪ੍ਰਦੇਸ਼ ਵਿੱਚ 15 ਮਈ ਤੋਂ 10 ਵਜੇ ਤੋਂ 4 ਵਜੇ ਤੱਕ ਬੈਂਕ ਖੁੱਲਣਗੇ ਤੇ ਚਾਮ 4 ਵਜੇ ਬੈਂਕ ਬੰਦ ਹੋ ਜਾਣਗੇ 1 ਮਈ ਨੂੰ ਮਜ਼ਦੂਰ ਦਿਵਸ ਮਹਾਰਾਸ਼ਟਰ ਦਿਵਸ ਇਸ ਦਿਨ ਬੇਲਾਪੁਰ ਬੰਗਲੌਰੂ ਚੇਨਈ ਗੁਹਾਟੀ ਹਾਈਦਰਾਬਾਦ ਇਮਫਾਲ ਕੋਚੀ ਕੋਲਕਾਤਾ ਮੁੰਬਈ ਨਾਗਪੁਰ ਪਣਜੀ ਪਟਨਾ ਤੇ ਤ੍ਰਿਮ ਤ੍ਰਿਵੰਤਨਪੁਰ ਚੂ ਬੈਂਕ ਬੰਦ ਰਹਿਣਗੇ 7 ਨੂੰ ਜੁਮਤ ਉਲ ਵਿਦਾ ਤੇ ਜੰਮੂ ਅਤੇ ਸ਼੍ਰੀਨਗਰ ਚੂ ਬੈਂਕ ਬੰਦ ਰਹਿਣਗੇ 23 13 ਮਈ ਨੂੰ ਰਮਜ਼ਾਨ ਈਦੁਲ ਫਤਿਹ ਤੇ ਬੇਲਾਪੁਰ ਜੰਮੂ ਕੋਚੀ ਮੁੰਬਈ ਨਾਗਪੁਰ ਸ਼੍ਰੀਨਗਰ ਅਤੇ ਬੈਂਕ ਬੰਦ ਰਹਿਣਗੇ 14 ਮਈ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਦਿਤੀ ਤੇ ਰਮਜ਼ਾਨ ਈਦ ਬਸਵਾ ਜਨਮ ਦਿਤੀ ਅਤੇ ਅਕਸ਼ੇ ਤ੍ਰਿਤੀਆ ਮੌਕੇ ਅਗਰਤਲਾ ਅਹਮਦਾਬਾਦ ਆਈਜ਼ੋਲ ਬੈਂਗਲੋਰੂ ਪੋਪਾਲ ਭਵੇਸ਼ਨਰਗੜ ਇਸ ਤੋਂ ਇਲਾਵਾ ਚੰਡੀਗੜ੍ਹ ਦੋਸਤੋ ਚੰਡੀਗੜ੍ਹ ਚਨਈ ਦੇਹਰਾਦੂਨ ਗੁਹਾਟੀ ਹైదరాబాద్ ਜੈਪੁਰ ਕਾਨਪੁਰ ਕੋਲਕਾਤਾ ਲਖਨਊ ਨਵੀਂ ਦਿੱਲੀ ਪਟਨਾ ਪਣਜੀ ਰਾਏਪੁਰ ਰਾਂਚੀ ਸ਼ਿਲਾੰਗ ਅਤੇ ਸ਼ਿਮਲਾ ਦੇ ਵਿੱਚ ਬੈਂਕ ਬੰਦ ਰਹਿਣਗੇ 26 ਮਈ ਨੂੰ ਦੋਸਤੋ ਬੁੱਧ ਪੂਰਨਮਾਤੇ ਵੀ ਚੰਡੀਗੜ੍ਹ ਪੋਪਾਲਾ ਆਦਿ ਇਲਾਕਿਆਂ ਦੇ ਵਿੱਚ ਬੰਦ ਬੈਂਕ ਰਹਿਣਗੇ ਇਸ ਤੋਂ ਇਲਾਵਾ ਐਤਵਾਰ ਤੇ ਦੂਸਰੇ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ ਦੋਸਤੋ 2 ਮਈ 9 ਮਈ 16 ਮਈ 23 ਮਈ ਅਤੇ 30 ਮਈ ਨੂੰ ਬੈਂਕ ਬੰਦ ਰਹਿਣਗੇ 8 ਮਈ ਅਤੇ 22 ਮਈ ਨੂੰ ਦੂਸਰਾ ਤੇ ਚੌਥਾ ਸ਼ਨੀਵਾਰ ਹੋਣ ਦੇ ਕਰਕੇ ਬੈਂਕ ਫਿਰ ਬੰਦ ਰਹਿਣਗੇ